समय की खबर जो थोड़े नाल सांझी करन जा रही हैं। खबर अमृतसर तो है। 2024 चोणा जो नज़दीक ने लोग सभा दी हैं, इससे मद्देनज़र सारे जिलों के सुरक्षा वधाई गई है। तो अमृतसर भी आम लोगों की सुरक्षा को यकीनी बनाते हुए सुरक्षा वधाई गई है। पुलिस के वलों फ्लैग मार्च भी किया जा रहा है जो लोगों की सुरक्षा यकीनी बनाई जा सके। पर इन्हां दावियां की फूक उस समय निकली जदों थाना गेट हकीमा के बाहर ही थाने के बाहर ही एक नौजवान शरेआम कोई अनपछाता व्यक्ति गोलियां मार के उत्तों फरार हो जाता है। थाने के बाहर ही उस नौजवान की मौत हो जाती है। तो उसकी मृतक माता ने बड़ी ही दुखी मन के नाल दस्या है कि वह अज प्लाट की रजिस्ट्री करा के घर आई सी। उस तो बाद उसका बेटा किसी काम के लिए बाहर गया सी, तां अचानक उसके उत्ते हमला हुंदा है। थाने के बाहर ही उसनू गोलियां मार के ढेर कर दिता जाता है, पर पुलिस मूक दर्शक बनी रही है। इस मामले दे विच कुछ भी नहीं कर सकी। तो दूसरे पासे ही उन्होंने यह भी कहा है कि इस तो पहला उसके बेटे की किडनैपिंग भी की गई थी। 3 लाख रुपया देकर उन्होंने अपने बेटे की जान बचाई सी। अज उसके नाल यह वारदात हो गई है, जिस तो बाद मापिया ने पुलिस प्रशासन से भी सवाल खड़े किए ने। तो उधर पुलिस का इस मामले को लैके की कहना, पर कितने ना कितने पुलिस मुलाजम इस मामले दे विच बचते भी नज़र आए ने। पर गलबात उन्होंने की है, थाना मुखी के वालों जानकारी सांझी की गई है, जो उसकी माता के वालों जानकारी सांझी की गई है। की कहना उन्होंने दा जानते हैं। 1.5 लाख मोड़ दिता, तो उसके बाद 20 तरीक नो सानू थाने 1.5 लाख से मोड़ दी गए। कोई ना भूल गई डी डिवीजन दे, उन्होंने तो आता सी 3 लाख रुपया वापस। लगता नहीं करो तुसी कार्रवाई कराई होंदी आ जे समान आंदा। अरे समय डी चित कितना आ गया होटल मैनेजमेंट का कोर्स करदा साडा कपड़े का शोरूम दरबार साहिब। अज किथे गया सी है? अज असि 4 बजे अज दी डेट च मेरे को डॉक्यूमेंट पे आ, असि रजिस्ट्री करा के आए 4 बजे कचहरियों। केडी जगह लिखी है जी? गार्डन एनक्लेव। अच्छा जी, गोल्डन गेट दे कोल। अच्छा जी, अंदर गार्डन एनक्लेव च अज असि रजिस्ट्री कराई आ 4 बजे। मैं आके घर बैठ के फोन चला, ये बाजार गया, ओ कोई गवंडी आया कहंदे तुहाडे मुंडे दे सट्टा लग गईआं, ਤੇ ਉਹਨੂੰ ਤੁਹਾਡੇ ਮੁੰਡੇ ਅਮਨਦੀਪ ਹਸਪਤਾਲ ਲੈ ਕੇ ਗਏ ਆਓ। ਤੇ ਮੈਂ ਕਿਹਾ ਮੈਨੂੰ ਫੋਨ ਨੰਬਰ ਦਿਓ ਕੋਈ, ਫਿਰ ਮੈਂ ਇਹਦੇ ਨੰਬਰ ਤੇ ਫੋਨ ਕੀਤਾ, ਉਹ ਸਰ ਨੇ ਐਸਐਚਓ ਸਰ ਨੇ ਚੁੱਕ ਲਿਆ। ਮੈਡਮ ਤੁਹਾਡੇ ਹਸਬੰਡ ਕੀ ਕਰਦੇ ਨੇ? ਕੱਪੜੇ ਦਾ ਸ਼ੋਰੂਮ ਆ ਸਾਡਾ ਦਰਬਾਰ ਸਾਹਿਬ ਦੇ। ਮੈਡਮ ਤੁਹਾਨੂੰ 3 ਵਜੇ ਫੋਨ ਆਇਆ ਜਿਰੋ ਕੀ ਨਾਮ ਤੇ ਅੱਜ ਕਿਸੇ ਨਾਲ ਲੜਾਈ ਝਗੜਾ ਕੋਈ ਹੋਇਆ? ਅੱਜ ਕੋਈ ਫੋਨ ਆਈ ਇਹਨੂੰ? ਫਿਰ ਤੋਂ ਮੇਰੇ ਨਾਲ ਆ 4 ਤੁਸੀਂ ਸੀਸੀਟੀਵੀ ਕਢਾਓ। 4 ਵਜੇ ਅਸੀਂ ਰਜਿਸਟਰੀ ਕਰਾਈ ਤੇ ਅਸੀਂ ਗਾਰਡਨ ਐਨਕਲੇਵ ਗਏ, ਆਪਣੀ ਜਗ੍ਹਾ ਦੀ ਮਿੰਤੀ ਕਰਾਈ, ਉੱਥੋਂ ਦੀ ਵੀ ਕਢਾਓ। ਫਿਰ ਅਸੀਂ ਉੱਥੋਂ ਰਾਹ ਚੋ ਗੜੀ ਬਣਾਉਣੀ ਸੀ, ਦਹੀਂ ਲੈ ਕੇ ਰਾਹ ਚੋ ਮੋਨੀ ਵਾਲੇ ਚੌਂਕੋਂ ਉਹ ਬੰਦਾ ਮਿਲਿਆ, ਉਹਨੂੰ ਬਰਫੀ ਖਲਾਈ, ਵਧਾਈਆਂ ਬਰਫੀ ਖਲਾਈ। ਘਰ ਆਇਆ ਕਹਿੰਦਾ ਮੰਮਾ ਪਾਲਕ ਬੱਚੀ ਗਈ ਆ। ਮੈਂ ਕਿਹਾ ਹਾਂ। ਕਹਿੰਦਾ ਪਕੌੜੇ ਉਹ ਸਭ ਖਾ ਪੀ ਕੇ ਇਹ ਆਪਣਾ ਚਲ ਗਿਆ, ਮੈਂ ਆਪਣਾ ਚਲ ਗਈ। ਫਿਰ ਇਹਨੇ ਅਜੇ ਮੈਡਮ ਕਿਸੇ ਨਾਲ ਲੜਾਈ ਝਗੜਾ ਸੀਗਾ ਇਹਦਾ? ਮੈਨੂੰ ਕੁਛ ਵੀ ਨਹੀਂ, ਅਸੀਂ ਕਦੀ ਲੜੇ ਨਹੀਂ ਕਿਸੇ ਨਾਲ ਵੀ। ਜਦੋਂ ਮੇਰੀ ਕਿਡਨੈਪਿੰਗ ਹੋਈ ਸੀ ਉਸ ਤੋਂ ਬਾਅਦ ਕੋਈ ਧਮਕੀ ਆਈ ਹੋਵੇ ਜਾਂ ਕੋਈ ਲੜਾਈ? ਹਾਂ, ਉਸ ਤੋਂ ਬਾਅਦ ਥੋੜੇ ਦਿਨ ਪਹਿਲਾਂ ਨਾ ਇੱਕ ਫੋਨ ਆਇਆ ਵਾ, ਕਹਿੰਦਾ 1,20,000 ਰੁਪਇਆ ਦੇ ਦੇ ਮੈਨੂੰ ਤੇ ਆਪਾਂ ਕਿਤੇ ਨਿਕਲਣਾ, ਆਪਾਂ ਜ਼ਮਾਨਤ ਤੇ ਆਏ ਹੋਏ ਆ। ਉਹਨਾਂ ਨੂੰ ਪਤਾ ਸੀਗਾ ਕਿ ਲੋਗੀ ਨੂੰ ਅਸੀਂ 3 ਲੱਖ ਰੁਪਇਆ ਇਹਨੂੰ 15 ਮਿੰਟਾਂ 'ਚ ਕਰਾ ਦਿੱਤਾ ਸੀ ਅਰੇਂਜਮੈਂਟ, ਉਹ ਰਿਕਾਰਡਿੰਗ ਹੋਣੀ ਮੇਰੇ ਕੋਲ ਵੀ ਹੈਗੀ ਵੀ ਸਾਨੂੰ 1,20,000 ਰੁਪਇਆ ਦੇ ਦੇ, ਅਸੀਂ ਜ਼ਮਾਨਤ ਤੇ ਆਏ ਹਾਂ, ਅਸੀਂ ਨਿਕਲਣਾ ਕਿਤੇ। ਇਹ ਕਹਿੰਦਾ ਫਿਰ ਨਿਕਲਣਾ ਤਾਂ ਨਿਕਲੋ, ਮੇਰੇ ਕੋਲ ਕਿਉਂ ਮੰਗਦੇ ਪਏ? ਤੇ ਇਹ ਉਹ ਕਹਿੰਦੇ ਕਿ ਚੱਲ ਕੋਈ ਨਹੀਂ ਤੈਨੂੰ ਦੇਖ ਲਵਾਂਗੇ, ਮੇਰੇ ਕੋਲ ਹੀ ਰਿਕਾਰਡਿੰਗ ਹੈਗੀ ਮੇਰੇ ਫੋਨ 'ਚ। ਕਹਿੰਦੇ ਤੂੰ ਕਹਿੰਦਾ ਘੰਟੇ ਦੇ ਵਿੱਚ ਵਿੱਚ ਆਹ ਵਾਲਾ QR ਆ, ਇਹਦੇ 'ਤੇ 20,000 ਰੁਪਇਆ ਪਾ ਦੇ। ਇਹ ਕਹਿੰਦਾ ਕਿ ਮੈਂ ਨਹੀਂ ਪਾ ਸਕਦਾ, ਇਹ ਕਹਿੰਦਾ 1 ਘੰਟੇ ਦਾ ਟਾਈਮ ਦਿਓ, ਮੇਰੇ ਕੋਲ ਅਜੇ ਨਹੀਂ ਹੈਗੇ, ਮੇਰੇ ਕੋਲ ਰਿਕਾਰਡਿੰਗ ਹੈਗੀ, 1 ਘੰਟੇ ਦਾ ਟਾਈਮ ਦਿਓ, ਮੇਰੇ ਕੋਲ ਅਜੇ ਨਹੀਂ ਹੈਗੀ। 1 ਘੰਟੇ ਬਾਅਦ ਫੋਨ ਆਇਆ, ਮੈਂ ਉਹ ਬੰਦੇ ਤੁਹਾਨੂੰ ਹੁਣ ਕਿਸੇ ਤੇ ਚੱਕ ਹੈਗਾ? ਉਹ ਕਹਿੰਦਾ ਕਿ ਘੰਟੇ, ਫਿਰ ਕਹਿੰਦਾ ਘੰਟੇ ਤੱਕ ਰਿਫੇ ਫੋਨ ਆਇਆ, ਕਹਿੰਦਾ ਨਹੀਂ ਪਾਏ ਵੈਸੇ ਕੋਈ ਨਹੀਂ ਤੁਹਾਨੂੰ ਆਪੇ ਦੇ। ਅੱਜ ਤੁਹਾਨੂੰ ਕਿਸੇ ਤੇ ਸ਼ੱਕ ਹੈ? ਤੁਸੀਂ ਹੁਣੇ ਕਹਿ ਰਹੇ ਹੋ ਕਿ ਨਾ ਮੈਨੂੰ ਫੋਨ ਆਇਆ ਉਹ 8-10 ਦਿਨ ਪਹਿਲਾਂ, ਨਹੀਂ ਹੁਣ ਤੁਸੀਂ ਕਹਿ ਰਹੇ ਨਾ ਮੈਨੂੰ ਫੋਨ ਆਇਆ ਅਮਨਦੀਪ ਹਸਪੀਟਲ ਵਾਲੀ ਛੱਡਾ ਲੱਗੀ ਐਸ ਐਚ ਓ ਸਰ ਦਾ। ਮੈਡਮ ਤੁਹਾਨੂੰ ਕਿਸੇ ਤੇ ਹੁਣ ਸ਼ੱਕ ਹੈਗਾ? ਐਸ ਮੈਨੂੰ ਨਹੀਂ ਪਤਾ ਕੁਝ ਵੀ, ਮੇਰਾ ਮੁੰਡਾ ਸਵੇਰ ਤੋਂ ਮੇਰੇ ਨਾਲ ਆ, ਤੁਸੀਂ ਦੇਖ ਸਕਦੇ ਹੋ ਬਾਰੀਆਂ ਤੁਸੀਂ ਫਿਰ ਕਿਹਦੇ ਵੱਲੋਂ ਗੋਲੀ ਮਾਰੀ ਗਈ ਹੈ? ਮੈਨੂੰ ਪਤਾ ਹੀ ਨਹੀਂ ਕਿਸੇ ਕੀ ਗੱਡੀ ਤੇ ਪਿੱਛਾ ਕੀਤਾ ਜਾ ਰਿਹਾ ਸੀਗਾ ਇਹਦਾ।
ਗੱਡੀ ਆਪਣੀ ਹੈ ਜੀ ਕਿਹੜੀ ਗੱਡੀ ਹੈ ਜੀ ਹੋਂਡਾ ਦੀ ਹੈ ਕੋਈ ਦਿੱਲੀ ਨੰਬਰ ਗ੍ਰੇ ਰੰਗ ਦੀ ਹਾਂ ਦਿੱਲੀ ਨੰਬਰ ਹਾਂ ਮੇਰੇ ਨਾਮ ਤੇ ਆ ਇੱਕ ਕਾਰ ਦਾ ਹੋਰ ਐਡਵਾਂਸ ਦਿੱਤਾ ਇਹਨੇ ਕਿਤੇ ਵੀ ਕਿਤੇ ਇਹਨੇ ਲਾਇਆ ਦਾ ਵਿਆਜ ਦਾ